ਮੇਰਾ ਨਾਮ ਸੰਦੀਪ ਸਿੰਘ ਹੈ ਜੀ। ਮੈਂ ਪੰਜਾਬ ਪੁਲਿਸ ਵਿੱਚ ਬਤੌਰ ਏਐਸਆਈ ਜੋਬ ਕਰਦਾ ਜੀ, ਅਤੇ ਮੈਂ ਆਪਣੇ ਪਿੰਡ ਵਿੱਚ ਫੁੱਟਬਾਲ ਅਕੈਡਮੀ ਚਲਾਉਣਾ, ਅਤੇ ਸਾਡਾ ਮੇਨ ਮਕਸਦ ਆ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਜੀ, ਅਤੇ ਜਿਹੜੇ ਚੰਗੇ ਇਨਸਾਨ ਬਣਨਾ। ਸਪੋਰਟਸ ਨਾਲ ਜੁੜੂਗੇ ਤਾਂ ਚੰਗੇ ਇਨਸਾਨ ਆਪਣੇ ਆਪ ਬਣੂਗੇ। ਅਤੇ ਕੇਵਲ ਸਰ ਹੁਣੀ ਹਰ ਸਾਲ ਇੱਥੇ ਇੱਕ ਇੱਦਾਂ ਫੰਕਸ਼ਨ ਕਰਾਉਂਦੇ ਕਿ ਜਿਹੜਾ ਬੱਚਿਆਂ ਨੂੰ ਅਵੇਅਰ ਕਰਨ ਕਿ ਨਸ਼ਿਆਂ ਤੋਂ ਕਿੱਦਾਂ ਬਚਣਾ, ਫਿਟਨੈਸ ਲਈ ਇਹਨਾਂ ਦਾ ਬਹੁਤ ਬੜਾ ਉਪਰਾਲਾ ਹੁੰਦਾ। ਅਤੇ ਇਹਨਾਂ ਦੇ ਅੱਜ ਸੱਦੇ 'ਤੇ ਅਸੀਂ ਆਏ ਹਾਂ, ਜਾਂ ਅੱਜ ਸਾਰੇ ਪਿੰਡ ਦੇ ਵਿੱਚ ਇੱਕ ਕ੍ਰੋਸ ਕੰਟਰੀ ਟਾਈਪ ਬੱਚੇ ਲਾਊਗੇ ਜੀ, ਅਤੇ ਜੋ ਹੋਰ ਬੱਚਿਆਂ ਨੂੰ ਵੀ ਅਤੇ ਹੋਰ ਜਿਹੜੇ ਵੀ ਫਿਟਨੈਸ ਦਾ ਆਪਣੇ ਧਿਆਨ ਰੱਖਣਾ ਚਾਹੁੰਦੇ ਆ ਉਹਨਾਂ ਨੂੰ ਇਹਦਾ ਫਾਇਦਾ ਮਿਲ ਸਕੇ। ਧੰਨਵਾਦ ਜੀ। ਅਕੈਡਮੀ ਨੂੰ ਸਰ ਹੋ ਗਿਆ 6 ਸਾਲ ਕਰੀਬ ਹੋ ਗਿਆ ਜੀ, ਅਤੇ ਬਹੁਤ ਵਧੀਆ ਵਾਹਿਗੁਰੂ ਦੀ ਕਿਰਪਾ ਨਾਲ ਚੱਲ ਰਹੀ ਆ ਜੀ। ਅਸੀਂ ਫੁੱਟਬਾਲ ਦੀ ਟ੍ਰੇਨਿੰਗ ਚੱਲਦੀ ਆ ਸਰ, ਜਿਹੜੀ ਵੱਖ ਵੱਖ ਅਕੈਡਮੀਆਂ 'ਚ ਬੱਚੇ ਖੇਡਦੇ, ਅੱਗੇ ਆਉਣ ਵਾਲੇ ਟਾਈਮ 'ਚ ਅਸੀਂ ਆਸ ਕਰਦੇ ਸਾਡੇ ਹੋਰ 30-40 ਬੱਚੇ ਜਿਹੜੇ ਇੱਦਾਂ ਦੇ ਆ ਜਿਹੜੇ ਬੜੀਆਂ ਅਕੈਡਮੀਆਂ ਵਾਲੇ ਖੇਲੂਗੇ ਜੀ, ਅਤੇ ਪਿੰਡ ਦਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰੂਗੇ। ਮੈਂ ਰਿਟਾਇਰ ਸੂਬੇਦਾਰ ਕੇਵਲ ਸਿੰਘ, ਪਿੰਡ ਪੱਦੀ ਸੂਰਾ ਸਿੰਘ, ਅਤੇ ਇੱਥੇ ਅਸੀਂ ਬੱਚਿਆਂ ਵਾਸਤੇ ਇਹਨੂੰ ਅਵੇਅਰਨੈਸ ਵਾਸਤੇ ਅਸੀਂ ਕੈਂਪ ਲਾਉਂਦੇ ਹਾਂ ਸਾਲ ਦੇ ਵਿੱਚ, ਅਤੇ ਪੋਸੀ ਸ਼ਹੀਦ ਭਗਤ ਸਿੰਘ ਕਲੱਬ ਪੋਸੀ, ਸਾਡੇ ਸੰਦੀਪ ਸਰ ਜੀ ਹੈਗੇ ਆ, ਮੈਡਮ ਕੁਲਵਿੰਦਰ ਜੀ ਹੈਗੇ ਆ, ਇਹਨਾਂ ਦਾ ਅਸੀਂ ਸੰਯੋਗ ਲਈਦਾ ਆ। ਅੱਜ ਬੱਚੇ ਇਹਨਾਂ ਦੇ ਸਾਡੇ ਕੋਲ ਪਹੁੰਚੇ ਹੋਏ ਆ। ਅਸੀਂ ਪਿੰਡ ਦੇ ਵਿੱਚ ਇੱਕ ਚੱਕਰ ਲਾਉਣਾ ਬੱਚਿਆਂ ਨੂੰ ਨਾਲ ਲੈ ਕੇ, ਤਾਂ ਕਿ ਜਿਹੜੇ ਸੁੱਤੇ ਪਏ ਸਾਡੇ ਬੱਚੇ ਜਾਂ ਨੌਜਵਾਨ ਜਾਂ ਬਜ਼ੁਰਗ ਆ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਆ, ਉਹ ਨਿਕਲ ਕੇ ਗਰਾਊਂਡ ਤੱਕ ਜਾਣ। ਸਾਡਾ ਇਹ ਮਕਸਦ ਕਿ ਗਰਾਊਂਡ ਤੱਕ ਜਾਣ, ਜਦੋਂ ਗਰਾਊਂਡ ਚਲੇ ਗਏ ਫਿਰ ਨਸ਼ਿਆਂ ਨੂੰ ਆਪੇ ਇਹਨਾਂ ਨੇ ਅਲਵਿਦਾ ਕਹਿ ਦੇਣਾ, ਇਹ ਸਾਡਾ ਮਿਸ਼ਨ ਆ ਜੀ। ਮੇਰਾ ਨਾਮ ਕੁਲਵਿੰਦਰ ਕੌਰ ਹੈ ਜੀ, ਪਿੰਡ ਪੋਸੀ ਤੋਂ ਜੀ। ਅਸੀਂ ਬੱਚਿਆਂ ਨੂੰ ਫੁੱਟਬਾਲ ਦੀ ਟ੍ਰੇਨਿੰਗ ਦੇ ਰਹੇ ਹਾਂ, ਅਤੇ ਅਸੀਂ ਚਾਹੁੰਦੇ ਕਿ ਬੱਚੇ ਨਸ਼ਿਆਂ ਤੋਂ ਦੂਰ ਹੋਣ, ਅਤੇ ਨਸ਼ਿਆਂ ਤੋਂ ਦੂਰ ਹੋਣ ਦੇ ਨਾਲ ਬੱਚੇ ਫਿਜ਼ੀਕਲ ਐਕਟੀਵਿਟੀ ਕਰੂਗੇ, ਅਤੇ ਉਹਦੇ ਨਾਲ ਉਹਨਾਂ ਦੇ ਮੈਂਟਲੀ ਵੀ ਸ਼ਾਰਪ ਹੋਣਗੇ ਅਤੇ ਫਿਜ਼ੀਕਲ ਵੀ ਫਿੱਟ ਹੋਣਗੇ। ਅਤੇ ਅੰਕਲ ਜੀ ਦਾ ਸਾਨੂੰ ਬਹੁਤ ਸਪੋਰਟ ਮਿਲਦੀ ਹੈ, ਅਸੀਂ ਐਥਲੈਟਿਕਸ ਦੇ ਲਈ ਵੀ ਚਾਹੁੰਦੇ ਹਾਂ ਕਿ ਬੱਚੇ ਜਿਹੜੇ ਕੁਛ ਐਥਲੈਟਿਕਸ ਵੀ ਕਰਨ, ਕਿਉਂਕਿ ਫੁੱਟਬਾਲ ਤਾਂ ਅਸੀਂ ਕਰਵਾਉਂਦੇ ਹੀ ਹਾਂ, ਅਤੇ ਅੰਕਲ ਹੁਣੀ ਸਾਡੇ ਨਾਲ ਐਥਲੈਟਿਕਸ ਦਾ ਲਈ ਵੀ ਜੁੜੇ ਆ, ਅਤੇ ਇਹ ਸਾਡੀ ਕਾਫੀ ਹੈਲਪ ਵੀ ਕਰਦੇ ਆ, ਅਤੇ ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਇਹਨਾਂ ਦੇ ਨਾਲ ਰਲ ਕੇ ਅਤੇ ਐਥਲੈਟਿਕਸ ਨੂੰ ਵੀ ਅਤੇ ਫੁੱਟਬਾਲ ਨੂੰ ਨਾਲ ਲੈ ਕੇ ਚੱਲੀਏ। ਮੇਰਾ ਨਾਮ ਸੰਦੀਪ ਸਿੰਘ ਹੈ ਜੀ। ਮੈਂ ਪੰਜਾਬ ਪੁਲਿਸ ਵਿੱਚ ਬਤੌਰ ਏਐਸਆਈ ਜੋਬ ਕਰਦਾ ਜੀ, ਅਤੇ ਮੈਂ ਆਪਣੇ ਪਿੰਡ ਵਿੱਚ ਫੁੱਟਬਾਲ ਅਕੈਡਮੀ ਚਲਾਉਣਾ, ਅਤੇ ਸਾਡਾ ਮੇਨ ਮਕਸਦ ਆ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਜੀ, ਅਤੇ ਜਿਹੜੇ ਚੰਗੇ ਇਨਸਾਨ ਬਣਨਾ। ਸਪੋਰਟਸ ਨਾਲ ਜੁੜੂਗੇ ਤਾਂ ਚੰਗੇ ਇਨਸਾਨ ਆਪਣੇ ਆਪ ਬਣੂਗੇ। ਅਤੇ ਕੇਵਲ ਸਰ ਹੁਣੀ ਹਰ ਸਾਲ ਇੱਥੇ ਇੱਕ ਇੱਦਾਂ ਫੰਕਸ਼ਨ ਕਰਾਉਂਦੇ ਕਿ ਜਿਹੜਾ ਬੱਚਿਆਂ ਨੂੰ ਅਵੇਅਰ ਕਰਨ ਕਿ ਨਸ਼ਿਆਂ ਤੋਂ ਕਿੱਦਾਂ ਬਚਣਾ, ਫਿਟਨੈਸ ਲਈ ਇਹਨਾਂ ਦਾ ਬਹੁਤ ਬੜਾ ਉਪਰਾਲਾ ਹੁੰਦਾ। ਅਤੇ ਇਹਨਾਂ ਦੇ ਅੱਜ ਸੱਦੇ 'ਤੇ ਅਸੀਂ ਆਏ ਹਾਂ, ਜਾਂ ਅੱਜ ਸਾਰੇ ਪਿੰਡ ਦੇ ਵਿੱਚ ਇੱਕ ਕ੍ਰੋਸ ਕੰਟਰੀ ਟਾਈਪ ਬੱਚੇ ਲਾਊਗੇ ਜੀ, ਅਤੇ ਜੋ ਹੋਰ ਬੱਚਿਆਂ ਨੂੰ ਵੀ ਅਤੇ ਹੋਰ ਜਿਹੜੇ ਵੀ ਫਿਟਨੈਸ ਦਾ ਆਪਣੇ ਧਿਆਨ ਰੱਖਣਾ ਚਾਹੁੰਦੇ ਆ ਉਹਨਾਂ ਨੂੰ ਇਹਦਾ ਫਾਇਦਾ ਮਿਲ ਸਕੇ। ਧੰਨਵਾਦ ਜੀ। ਅਕੈਡਮੀ ਨੂੰ ਸਰ ਹੋ ਗਿਆ 6 ਸਾਲ ਕਰੀਬ ਹੋ ਗਿਆ ਜੀ, ਅਤੇ ਬਹੁਤ ਵਧੀਆ ਵਾਹਿਗੁਰੂ ਦੀ ਕਿਰਪਾ ਨਾਲ ਚੱਲ ਰਹੀ ਆ ਜੀ। ਅਸੀਂ ਫੁੱਟਬਾਲ ਦੀ ਟ੍ਰੇਨਿੰਗ ਚੱਲਦੀ ਆ ਸਰ, ਜਿਹੜੀ ਵੱਖ ਵੱਖ ਅਕੈਡਮੀਆਂ 'ਚ ਬੱਚੇ ਖੇਡਦੇ, ਅੱਗੇ ਆਉਣ ਵਾਲੇ ਟਾਈਮ 'ਚ ਅਸੀਂ ਆਸ ਕਰਦੇ ਸਾਡੇ ਹੋਰ 30-40 ਬੱਚੇ ਜਿਹੜੇ ਇੱਦਾਂ ਦੇ ਆ ਜਿਹੜੇ ਬੜੀਆਂ ਅਕੈਡਮੀਆਂ ਵਾਲੇ ਖੇਲੂਗੇ ਜੀ, ਅਤੇ ਪਿੰਡ ਦਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰੂਗੇ। ਮੈਂ ਰਿਟਾਇਰ ਸੂਬੇਦਾਰ ਕੇਵਲ ਸਿੰਘ, ਪਿੰਡ ਪੱਦੀ ਸੂਰਾ ਸਿੰਘ, ਅਤੇ ਇੱਥੇ ਅਸੀਂ ਬੱਚਿਆਂ ਵਾਸਤੇ ਇਹਨੂੰ ਅਵੇਅਰਨੈਸ ਵਾਸਤੇ ਅਸੀਂ ਕੈਂਪ ਲਾਉਂਦੇ ਹਾਂ ਸਾਲ ਦੇ ਵਿੱਚ, ਅਤੇ ਪੋਸੀ ਸ਼ਹੀਦ ਭਗਤ ਸਿੰਘ ਕਲੱਬ ਪੋਸੀ, ਸਾਡੇ ਸੰਦੀਪ ਸਰ ਜੀ ਹੈਗੇ ਆ, ਮੈਡਮ ਕੁਲਵਿੰਦਰ ਜੀ ਹੈਗੇ ਆ, ਇਹਨਾਂ ਦਾ ਅਸੀਂ ਸੰਯੋਗ ਲਈਦਾ ਆ। ਅੱਜ ਬੱਚੇ ਇਹਨਾਂ ਦੇ ਸਾਡੇ ਕੋਲ ਪਹੁੰਚੇ ਹੋਏ ਆ। ਅਸੀਂ ਪਿੰਡ ਦੇ ਵਿੱਚ
ਇੱਕ ਚੱਕਰ ਲਾਉਣਾ ਬੱਚਿਆਂ ਨੂੰ ਨਾਲ ਲੈ ਕੇ, ਤਾਂ ਕਿ ਜਿਹੜੇ ਸੁੱਤੇ ਪਏ ਸਾਡੇ ਬੱਚੇ ਜਾਂ ਨੌਜਵਾਨ ਜਾਂ ਬਜ਼ੁਰਗ ਆ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਆ, ਉਹ ਨਿਕਲ ਕੇ ਗਰਾਊਂਡ ਤੱਕ ਜਾਣ। ਸਾਡਾ ਇਹ ਮਕਸਦ ਕਿ ਗਰਾਊਂਡ ਤੱਕ ਜਾਣ, ਜਦੋਂ ਗਰਾਊਂਡ ਚਲੇ ਗਏ ਫਿਰ ਨਸ਼ਿਆਂ ਨੂੰ ਆਪੇ ਇਹਨਾਂ ਨੇ ਅਲਵਿਦਾ ਕਹਿ ਦੇਣਾ। ਇਹ ਸਾਡਾ ਮਿਸ਼ਨ ਆ ਜੀ। ਮੇਰਾ ਨਾਮ ਕੁਲਵਿੰਦਰ ਕੌਰ ਹੈ ਜੀ, ਪਿੰਡ ਪੋਸੀ ਤੋਂ ਜੀ। ਅਸੀਂ ਬੱਚਿਆਂ ਨੂੰ ਫੁੱਟਬਾਲ ਦੀ ਟ੍ਰੇਨਿੰਗ ਦੇ ਰਹੇ ਹਾਂ ਅਤੇ ਅਸੀਂ ਚਾਹੁੰਦੇ ਕਿ ਬੱਚੇ ਨਸ਼ਿਆਂ ਤੋਂ ਦੂਰ ਹੋਣ ਅਤੇ ਨਸ਼ਿਆਂ ਤੋਂ ਦੂਰ ਹੋਣ ਦੇ ਨਾਲ ਬੱਚੇ ਫਿਜ਼ੀਕਲ ਐਕਟੀਵਿਟੀ ਕਰੂਗੇ ਅਤੇ ਉਹਦੇ ਨਾਲ ਉਹਨਾਂ ਦੇ ਮੈਂਟਲੀ ਵੀ ਸ਼ਾਰਪ ਹੋਣਗੇ ਅਤੇ ਫਿਜ਼ੀਕਲ ਵੀ ਫਿੱਟ ਹੋਣਗੇ। ਅਤੇ ਅੰਕਲ ਜੀ ਦਾ ਸਾਨੂੰ ਬਹੁਤ ਸਪੋਰਟ ਮਿਲਦੀ ਹੈ। ਅਸੀਂ ਐਥਲੈਟਿਕਸ ਦੇ ਲਈ ਵੀ ਚਾਹੁੰਦੇ ਹਾਂ ਕਿ ਬੱਚੇ ਜਿਹੜੇ ਕੁਛ ਐਥਲੈਟਿਕਸ ਵੀ ਕਰਨ, ਕਿਉਂਕਿ ਫੁੱਟਬਾਲ ਤਾਂ ਅਸੀਂ ਕਰਵਾਉਂਦੇ ਹੀ ਹਾਂ ਅਤੇ ਅੰਕਲ ਹੁਣੀ ਸਾਡੇ ਨਾਲ ਐਥਲੈਟਿਕਸ ਦਾ ਲਈ ਵੀ ਜੁੜੇ ਆ ਅਤੇ ਇਹ ਸਾਡੀ ਕਾਫੀ ਹੈਲਪ ਵੀ ਕਰਦੇ ਆ ਅਤੇ ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਇਹਨਾਂ ਦੇ ਨਾਲ ਰਲ ਕੇ ਅਤੇ ਐਥਲੈਟਿਕਸ ਨੂੰ ਵੀ ਅਤੇ ਫੁੱਟਬਾਲ ਨੂੰ ਨਾਲ ਲੈ ਕੇ ਚੱਲੀਏ।